ਪੰਜਾਬ ਵਿੱਚ ਨੌਜਵਾਨਾਂ ਨੇ ਆਪਣੀ ਬੁਲੇਟ ਦੇ ਸਿਲੈਂਸਰਾਂ ਨੂੰ ਬਦਲ ਕੇ ਪਟਾਕੇ ਵਜਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ 1 ਅਕਤੂਬਰ ਤੋਂ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ, ਜਿਸ ਦੇ ਤਹਿਤ ਬੁਲੇਟ 'ਤੇ ਪਟਾਕੇ ਮਾਰਨ ਨੂੰ ਲੈ ਕੇ ਸਖ਼ਤ ਕਾਰਵਾਈ ਅਤੇ ਜੇਲ੍ਹ ਤੱਕ ਦਾ ਪ੍ਰਾਵਧਾਨ ਵੀ ਕੀਤਾ ਗਿਆ। ਇਸ ਨੂੰ ਲੈ ਕੇ ਪਟਿਆਲਾ ਦੇ ਭੇੜਾ ਰੋਡ 'ਤੇ ਬਣੀ ਮੋਟਰਸਾਈਕਲ ਮਾਰਕੀਟ ਵਿੱਚ ਜਦ ਅਸੀਂ ਪਹੁੰਚੇ, ਜਿੱਥੇ ਕਿ ਅਸੀਂ ਕੁਝ ਲੋਕ ਮੋਟਰਸਾਈਕਲ ਦਾ ਸਿਲੰਸਰ ਬਦਲਵਾਉਣ ਵਾਲੇ ਮਿਲੇ। ਇਹ ਨੌਜਵਾਨ ਸੀ ਜਿਨ੍ਹਾਂ ਨੇ ਪਹਿਲਾਂ ਪਟਾਕੇ ਵਾਲਾ ਸਿਲੰਸਰ ਲਗਾਏ ਹੋਏ ਸੀ, ਲੇਕਿਨ ਹੁਣ ਵਾਪਸ ਕੰਪਨੀ ਦਾ ਓਰਿਜਨਲ ਸਿਲੰਸਰ ਲਗਵਾ ਲਿਆ ਹੈ। ਉੱਥੇ ਹੁਣ ਦੁਕਾਨਦਾਰ ਵੀ ਆਪਣੇ ਇਹ ਸਿਲੰਸਰ ਬਦਲਣ ਤੋਂ ਕਤਰਾਉਣ ਲੱਗੇ ਨੇ। 50% ਦਾ ਫਰਕ ਪਿਆ, 50% ਲੋਕ ਆ ਰਹੇ ਨੇ ਵਾਪਸ ਆਪਣਾ ਓਰਿਜਨਲ ਪਵਾ ਰਹੇ ਨੇ, ਅਤੇ ਕਹਿਣ ਦਾ ਮਤਲਬ ਅਤੇ ਕੁਝ ਹਾਲੇ ਵੀ ਆ ਰਹੇ ਨੇ ਪਵਾਉਣ, ਪਰ ਅਸੀਂ ਮਨਾ ਕਰ ਰਹੇ ਹਾਂ ਕਿ ਸਾਨੂੰ ਵੀ ਮਨਾ ਹੋ ਗਿਆ ਕਿ ਖਾਲੀ ਸਿਲੰਸਰ ਨਹੀਂ ਪਾਉਣਾ ਹੈਗਾ। ਅਤੇ ਬਾਕੀ ਮੇਰੇ ਵੱਲੋਂ ਇਹ ਸਲਾਹ ਹੈ ਕਿ ਸਰਕਾਰ ਮੈਨੂਫੈਕਚਰ ਨੂੰ ਬੰਦ ਕਰੇ, ਜੋ ਕਿ ਲੁਧਿਆਣਾ ਹੋਰ ਜੈਪੁਰ ਦੇ ਮੈਨੂਫੈਕਚਰ ਜਿਹੜੇ ਹੈਗੇ ਨੇ ਜਿਹੜੇ ਬਣਾ ਰਹੇ ਨੇ ਖਾਲੀ, ਉਹਨਾਂ ਨੂੰ ਡਾਇਰੈਕਟ ਜਾ ਕੇ ਬੰਦ ਕਰਨ, ਨਾ ਉਹ ਬਣਾਉਣਗੇ ਨਾ ਸਾਡੇ ਕੋਲ ਆਉਣਗੇ ਨਾ ਕਸਟਮਰ ਮੰਗੇਗਾ, ਇੱਥੋਂ ਹੀ ਫਿਰ ਉਹਨਾਂ ਦਾ ਐਂਡ ਹੋਏਗਾ। ਜਿਹੜਾ ਪਹਿਲੇ ਆਉਂਦੇ ਸੀ ਇਹ ਮੁੰਡੇ ਡੁਪਲੀਕੇਟ ਸਿਲੰਸਰ ਲਵਾ ਕੇ ਪਟਾਕੇ ਮਾਰਦੇ ਸੀ, ਉਹ ਹੁਣ ਤਕਰੀਬਨ ਕਿ ਜਿੰਨੇ ਵੀ ਬੁਲਟ ਹੈ ਉਹ ਵਾਪਸ ਆ ਰਹੇ ਹੈ, ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਵੀ ਪਤਾ ਵੀ ਡਰ ਹੈ ਵੀ ਬੌਂਡ ਹੋਣਗੇ ਤਾਂ ਫਿਰ ਮੋਟਾ ਚਲਾਨ ਹੋਏਗਾ, ਸਜ਼ਾ ਹੋਏਗੀ। ਠੀਕ ਹੈ, ਉਹਦੇ ਹੁਣ ਜਿੰਨੇ ਵੀ ਮੁੰਡੇ ਹੈ ਜਾਂ ਕਾਲਜ ਦੇ ਹੈ ਜੋ ਵੀ ਹੈ ਉਹ ਸਾਰੇ ਹੁਣ ਦੁਬਾਰਾ ਸਿਲੰਸਰ ਓਰਿਜਨਲ ਹੀ ਪਵਾ ਰਹੇ ਨੇ। ਅੱਛਾ, ਸੋ ਅਸੀਂ ਇਹਦੇ 'ਚ ਬਹੁਤ ਵੱਡੀ ਕੰਪੇਨ ਜਾਰੀ ਕੀਤੀ, ਸਾਰੇ ਜਿੰਨੇ ਬੁਲਟ ਦੇ ਡੀਲਰਸ ਨੇ, ਇਹਨਾਂ ਦੇ ਮਾਲਕ ਨੇ, ਬਣਾਉਣ ਵਾਲੇ ਨੇ ਜਾਂ ਜਿਹੜੇ ਲੋਕ ਸਰਵਿਸ ਕਰਦੇ ਨੇ, ਉਹਨਾਂ ਸਾਰਿਆਂ ਕੋਲ ਗਏ, ਉਹਨਾਂ ਸਾਰਿਆਂ ਨਾਲ ਗੱਲ ਕੀਤੀ, ਉਹਨਾਂ ਸਾਰਿਆਂ ਨੂੰ ਬੈਨ ਆਰਡਰ ਦੀਆਂ ਕਾਪੀਆਂ ਦਿੱਤੀਆਂ। ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਆਪਣਾ ਇੱਕ ਨੰਬਰ ਦਿੱਤਾ ਹੋਇਆ ਕਿ ਜੇ ਕਿਸੇ ਨੂੰ ਲੱਗਦਾ ਹੈ ਕਿ ਕੋਈ ਬੁਲਟ ਦੇ ਪਟਾਕੇ ਪੈ ਰਹੇ ਨੇ, ਜੇ ਕਿਤੇ ਕੋਈ ਪ੍ਰੈਸ਼ਰ ਹੋਰਨ ਵੱਜ ਰਹੇ ਨੇ, ਤਾਂ ਸਾਡੀ ਇਸ ਨੰਬਰ ਦੇ ਉੱਤੇ ਕੋਈ ਬੰਦਾ ਆਪਣਾ ਨਹੀਂ, ਫਿਲਹਾਲ ਸੜਕਾਂ ਦੀ ਗੱਲ ਹੈ, ਸੜਕਾਂ ਵਾਲਾ ਜਿਹੜਾ ਸੀਗਾ ਸ਼ੋਰ ਵਾਸਤੇ। ਪਟਿਆਲਾ ਤੋਂ ਬਲਿੰਦਰ ਬਿਨੀ ਦੀ ਰਿਪੋਰਟ, ਚੈਨਲ 2।